ਸਾਡੀਆਂ ਇਸੇ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਉਹ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਨਾਲ ਹੀ ਘੰਟੀ ਦਾ ਬਟਨ ਵੀ ਦਬਾ ਦਿਉ ਤਾਂ ਕਿ ਜੋ ਸਾਡੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਅੱਜ ਆਪਾਂ ਲੈ ਕੇ ਸੋਨਾਲੀਕਾ ਸਿਕੰਦਰ 750 DI 55 ਕੈਟਾਗਰੀ 'ਚ, ਅਤੇ ਇਹ ਹੈਗਾ 3 ਸਪੀਡ 'ਚ ਆ ਰਿਹਾ, ਹੁਣ ਨਵਾਂ ਆਇਆ ਸਿਕੰਦਰ ਤੋਂ ਬਾਅਦ ਲਾਂਚ ਕੀਤਾ ਕੰਪਨੀ ਨੇ। ਹਾਈ ਲੋ ਮੀਡੀਅਮ ਗੇਅਰ 'ਚ ਆ ਰਿਹਾ, ਅਤੇ ਜੌਂਡੀਆਰ ਦਾ ਸਿਸਟਮ ਸਾਰਾ ਕੁਛ, ਅਤੇ ਜਿਹੜਾ ਸਟੇਅਰਿੰਗ ਦੇ ਕੋਲ ਗੇਅਰ ਆ ਇਹਦੇ ਨਾਲ ਡਾਇਰੈਕਟ ਹੀ ਉਸੇ ਗੇਅਰ 'ਚ ਅੱਗੇ ਹੁੰਦਾ ਅਤੇ ਉਸੇ ਗੇਅਰ 'ਚ ਪਿੱਛੇ ਹੁੰਦਾ JCB ਵਾਂਗੂ। ਆਹ ਤੁਸੀਂ ਦੇਖ ਰਹੇ ਹੋ ਹਾਈ ਲੋ ਮੀਡੀਅਮ, ਅਤੇ ਇੱਧਰ ਮਿਲਦੇ ਆਪਾਂ ਨੂੰ 4 ਗੇਅਰ, ਅਤੇ ਸਿਕੰਦਰ ਸੀਰੀਜ 'ਚ ਆ, ਅਤੇ 14 ਵਾਲੇ ਟਾਇਰ ਆ ਇਹਦੇ, ਬਾਕੀ ਤਾਂ ਸਿਕੰਦਰ ਹੀ ਆ ਸਾਰਾ ਬਣਿਆ ਤਣਿਆ। ਬਸ ਇਹਦੇ ਵਿੱਚ ਕੋਈ ਚੇਂਜਿਸ ਕੀਤੇ ਗਏ ਜਿਹੜੇ ਬਸ ਸਪੀਡ ਨੂੰ ਲੈ ਕੇ, ਵੀ ਜਿਵੇਂ ਹੁਣ ਜੌਂਡੀਆਰ ਨੇ ਦਿੱਤਾ ਸੀਗਾ ਉਹੀ ਤਰੀਕੇ ਨਾਲ, ਅਤੇ ਇਹਦੀਆਂ ਲਾਈਟਾਂ ਵੀ ਚੇਂਜ ਕੀਤੀਆਂ ਗਈਆਂ, ਪਿੱਛੇ ਡਬਲ ਡਿਸਟ੍ਰੀਬਿਊਟਰ ਦਿੱਤਾ ਹੋਇਆ। ਇਹਦਾ ਪ੍ਰਾਈਜ਼ ਵੀ ਇਹ ਦੱਸਾਂਗੇ, ਪ੍ਰਾਈਜ਼ ਹੈਗਾ ਗਾ 7,35,000 ਨਵੇਂ ਦਾ। 4 ਗੇਅਰ ਦਿੱਤੇ ਹੋਏ ਇੱਧਰ, 1, 2, 3, 4, ਅਤੇ ਉੱਧਰ ਦਿੱਤਾ ਹਾਈ ਲੋ ਮੀਡੀਅਮ 55 ਕੈਟਾਗਰੀ 'ਚ ਆਉਂਦਾ। ਬਾਕੀ ਸਿਕੰਦਰੀ ਆ ਸਾਰਾ, ਅਤੇ ਪਲੈਸ਼ਰ 'ਤੇ ਆ, ਅਤੇ ਮੂਹਰੇ ਕੰਪਨੀ ਨੇ ਵਧੀਆ ਬੰਪਰ ਦਿੱਤਾ ਹੋਇਆ, ਲਾਈਟਾਂ ਵੀ ਚੇਂਜ ਕੀਤੀਆਂ ਗਈਆਂ, ਬੈਂਪਰ ਵੀ ਹੈਵੀ ਆ ਪੂਰਾ। ਇਹ 2020 'ਚ ਆਉਣ ਵਾਲਾ ਨਵਾਂ ਸੋਨਾਲੀਕਾ ਸਿਕੰਦਰ, ਤੁਸੀਂ ਉੱਤੋਂ ਵੀ ਦੇਖ ਸਕਦੇ ਹੋ, ਮੀਟਰ ਵੀ ਪੂਰਾ ਵਧੀਆ ਦਿੱਤਾ ਗਿਆ, ਅਤੇ ਆਹ ਗੇਅਰ ਇਹ ਤੋਂ ਗਾਂਹ ਹੁੰਦਾ ਪਛਾਣ ਹੁੰਦਾ, ਜਿੰਨੇ ਗੇਅਰਾਂ 'ਚ ਅੱਗੇ ਜਾਂਦਾ ਉਨੇ ਗੇਅਰਾਂ 'ਚ ਬੈਕ ਆਉਂਦਾ। 4 ਗੇਅਰ ਆ, 4, 4 ਤੇ 4, 8 ਤੇ 4, 12, 16 ਗੇਅਰ ਆ, 16 'ਚ ਅੱਗੇ ਜਾਂਦਾ, 16 'ਚ ਪਿੱਛੇ ਆਉਂਦਾ। ਤੁਹਾਨੂੰ ਵੀਰ ਵੀਡੀਓ ਵਧੀਆ ਲੱਗੇ ਸ਼ੇਅਰ ਕਰ ਦਿਓ, ਚੈਨਲ ਨੂੰ ਕਰ ਲਓ। ਵੀਰ ਤੁਸੀਂ ਕੋਈ ਵੀ ਸੰਦ ਸੇਲ ਕਰਨਾ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ 'ਤੇ ਐਡ ਲਵਾਉਣ ਲਈ, ਜਿਵੇਂ ਕਿ ਰੂਟਾਵੇਟਰ, ਤਵੀਆਂ, ਟਰੈਕਟਰ, ਮਸ਼ੀਨ ਜਾਂ ਕੋਈ ਵੀ ਸੰਦ ਸੇਲ ਕਰਨਾ, ਉਹਨਾਂ 2-4 ਫੋਟੋਆਂ 'ਤੇ ਜਾਂ ਵੀਡੀਓ ਬਣਾ ਕੇ ਸਾਨੂੰ ਇਸ ਨੰਬਰ 'ਤੇ ਭੇਜ ਸਕਦੇ ਹੋ, 62-8-35-76-503। ਅਸੀਂ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾ ਦੇਵਾਂਗੇ।